ਪਹਿਲਾਂ
سارے رشتے خاندان اور برادری دے تعلقات اور رشتے یہ تمام رشتے اپنی اپنی جگہ بڑی اہمیت دے حامل نے، لیکن دنیا دے اندر ایک رشتہ جنوں انتہائی پر خلوص رشتہ سمجھیا اور کہا جاندا ہے کہ دنیا دے اندر بے لاس رشتہ والدین دا اپنی اولاد نال اور اولاد دا اپنے والدین نال، اے او بے لاس رشتہ کہ جیدے اندر دکھلاوا نہیں ہوندا، نرمی ہی نرمی، محبت ہی محبت اور پیار ہی پیار نظر آتا ہے، اور اگر والدین دا سایہ انسان دے سر کو اٹھ جائے آدمی اپنے آپ نو سمجھ دے کہ میرے سر تو ٹھنڈی چھاں والا سایہ اتر گیا اور میں تپدی ہوئی صحرا دے اندر بن سائبان دے کھڑا ہاں، کوئی پرشان حال نہیں، کوئی غم گسار نہیں، کوئی دکھ ونڈن والا نہیں، کوئی دست شفقت سر تے رکھن والا نہیں، ماں باپ دا سایہ سر تو اٹھ جائے اس نو یتیم کہا جاندا ہے۔ یتیم دا اصل چ مان ہے اکیلا، یعنی باپ دا سایہ سر تو اٹھ گیا ہے، باپ دیاں ذمہ داریاں بیٹے دے سر تے آ پئیاں نے، اور تنے تنہا حالات جبر دا مقابلہ کرن واسطے انسان اس اندھیر نگری دے اندر موجود ہوندا ہے۔ میرے بھائیو، میرے برادر، یتیم معاشرے دا او طبقہ ہے کہ جنہاں نو قابل رحم تصور کیتا جاندا ہے، اور یتیم اپنا غم تے اپنا دکھ کسے نو سنان دی بجائے بعض اوقات چپکے راتاں دے اندھیرے اندر آنسو بہا کے اپنا غم غلط کر لیندا ہے، رات دے سناٹے اندر اپنے دل دا ابال نکالدا ہے اکھاں دے ذریعے۔ میرے بھائیو، میرے برادر، میں اج دے اس عظیم الشان خطبہ جمعہ دے اندر اے چاہاں گا کہ اج دے اس عظیم الشان خطبہ جمعہ دے اندر یتیماں دے آنسو، یتیماں دے آنسو انتہائی قیمتی آنسو نے، یتیماں دے آنسواں دے عنوان نال میں اپنی گزارشات تو ساڈے گوش گزار کر سکاں۔ میرے بھائیو، میرے برادر، اللہ ذوالجلال والاکرام نے اپنے انہاں بندیاں نال جنہاں نو یتیم کہیا جاندا ہے، رحمان خود انہاں نال پیار کردے نے، آمینہ دلال علیہ السلام
ਆਪ ਇਹਨਾਂ ਨਾਲ ਮੁਹੱਬਤ ਫਰਮਾਉਂਦੇ ਨੇ। ਕੁਰਾਨ ਪਾਕ ਦੇ ਅੰਦਰ ਅੱਲਾਹ ਜ਼ੁਲ ਜਲਾਲ ਵਾਲੀ ਕਰਾਮ ਨੇ ਕਈ ਮਕਾਮਾਤ ਤੇ ਯਤਾਮਾਂ ਦਾ ਤਜ਼ਕਿਰਾ ਫਰਮਾਇਆ। ਅੱਲਾਹ ਜ਼ੁਲ ਜਲਾਲ ਵਾਲੀ ਕਰਾਮ ਨੇ ਇਹਨਾਂ ਦਾ ਬਤੌਰੇ ਖਾਸ ਕੁਰਾਨ ਪਾਕ ਦੇ ਅੰਦਰ ਜ਼ਿਕਰ ਖੈਰ ਫਰਮਾਇਆ। ਆਓ ਜ਼ਰਾ ਅੱਜ ਅੱਲਾਹ ਦੇ ਕੁਰਾਨ ਔਰ ਆਮਿਨਾ ਦੇ ਲਾਲ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਸਲਾਤੁ ਵਸਲਾਮ ਆਪ ਦੇ ਫਰਾਮੀਨ ਨੂੰ ਆਪਣੇ ਦਿਲੋ ਦਿਮਾਗ ਦੀਆਂ ਤਖਤੀਆਂ ਤੇ ਮੁਨੱਕਿਸ਼ ਕਰਨ ਦੀ ਕੋਸ਼ਿਸ਼ ਕਰੇ ਅੱਜ, ਔਰ ਪਿਆਰੇ ਪੈਗੰਬਰ ਅਲੈਹਿ ਸਲਾਤੁ ਵਸਲਾਮ ਦੇ ਫਰਾਮੀਨ ਨੂੰ ਆਪਣੇ ਦਿਲ ਦਿਮਾਗ ਦੇ ਅੰਦਰ ਜਗ੍ਹਾ ਅਤਾ ਕਰਨ ਦੀ ਕੋਸ਼ਿਸ਼ ਕਰਨਾ। ਅੱਲਾਹ ਜ਼ੁਲ ਜਲਾਲ ਵਾਲੀ ਕਰਾਮ ਨੇ ਯਤੀਮਾਂ ਨਾਲ ਪਿਆਰ ਕਰਨ ਵਾਲਿਆਂ ਨਾਲ ਪਿਆਰ ਕੀਤਾ, ਔਰ ਮੁਸਤਫਾ ਨੇ ਯਤੀਮਾਂ ਨਾਲ ਮੁਹੱਬਤ ਕਰਨ ਵਾਲਿਆਂ ਨਾਲ ਮੁਹੱਬਤ ਫਰਮਾਈ ਹੈ, ਔਰ ਯਤੀਮਾਂ ਦੀ ਮੁਖਾਲਫਤ ਯਤੀਮਾਂ ਦੇ ਨਾਲ ਸਖਤੀ ਕਰਨ ਵਾਲੇ ਯਤੀਮਾਂ ਦਾ ਮਾਲ ਹੜੱਪ ਕਰ ਜਾਣ ਵਾਲੇ ਯਤੀਮਾਂ ਦਾ ਮਾਲ ਖਾ ਪੀ ਜਾਣ ਵਾਲੇ, ਅੱਲਾਹ ਜ਼ੁਲ ਜਲਾਲ ਨੇ ਕੁਰਾਨ ਦੇ ਅੰਦਰ ਸਖਤੀ ਦੇ ਨਾਲ ਇਸ ਬਾਤ ਦਾ ਐਲਾਨ ਫਰਮਾਇਆ। ਆਓ ਜ਼ਰਾ ਕੁਰਾਨ ਦੇ ਇਸ ਮੁਕਾਮੇ ਜ਼ੀ ਸ਼ਾਨ ਨੂੰ ਸਾਹਮਣੇ ਰੱਖੀਏ ਕਿ ਅੱਲਾਹ ਜ਼ੁਲ ਜਲਾਲ ਵਾਲੀ ਕੁਰਾਨ ਐਲਾਨ ਫਰਮਾ ਰਹੇ ਨੇ। ਅੱਲਾਹ ਫਰਮਾਉਂਦੇ ਨੇ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਰਅਇਤਲਜ਼ੀ ਯੁਕਜ਼ਿਬੁ ਬਿਦ-ਦੀਨ ਫਜ਼ਾਲਿਕਲਜ਼ੀ ਯਦੁਉ-ਲ ਯਤੀਮ ਵਲਾ ਯਹੁਜ਼ੂ ਅਲਾ ਤਅਮਿ ਅਲ-ਮਿਸਕੀਨ। ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ ਸੋਹਣਿਓ, ਕਿਆ ਤੁਸੀਂ ਵੇਖਿਆ ਨਹੀਂ ਉਸ ਬਦ ਨਸੀਬ ਬੰਦੇ ਨੂੰ ਜਿਹੜਾ ਕਿਆਮਤ ਦੇ ਦਿਨ ਨੂੰ ਝੁਠਲਾਉਂਦਾ, ਕਿਆਮਤ ਦੇ ਦਿਨ ਤੇ ਈਮਾਨ ਨਹੀਂ ਰੱਖਦਾ, ਤੇ ਜਿਹੜਾ ਕਿਆਮਤ ਦੇ ਦਿਨ ਤੇ ਈਮਾਨ ਨਹੀਂ ਰੱਖਦਾ। ਅੱਲਾ ਫਰਮਾਉਂਦੇ ਨੇ ਫਜ਼ਾਲਿਕਲਜ਼ੀ ਯਦੁਉ-ਲ ਯਤੀਮ, ਇਹ ਬਦਬਖਤ ਯਤੀਮਾਂ ਨੂੰ ਧੱਕੇ ਦੇ ਕੇ ਆਪਣੇ ਦਰਵਾਜ਼ਿਓ ਹਟਾ ਦਿੰਦਾ, ਯਤੀਮਾਂ ਨੂੰ ਧੱਕੇ ਦੇ ਕੇ ਆਪਣੇ ਦਰਵਾਜ਼ਿਓ ਕੱਢ ਦਿੰਦਾ। ਫਜ਼ਾਲਿਕਲਜ਼ੀ ਯਦੁਉ-ਲ ਯਤੀਮ। ਔਰ ਕੁਰਾਨ ਦੇ ਦੂਸਰੇ ਮਕਾਮ ਤੇ ਅੱਲਾਹ ਜ਼ੁਲ ਜਲਾਲ ਵਾਲੀ ਕਰਾਮ ਨੇ ਬੜੀ ਸਖਤੀ ਫਰਮਾਈ ਹੈ ਇਸ ਹਵਾਲੇ ਨਾਲ। ਔਰ ਮੈਂ ਕੁਰਬਾਨ ਜਾਵਾਂ, ਮੈਂ ਤੇ ਕਹਾ ਕਰਨਾ ਵਾ, ਵੇਖੋ ਨਾ ਬਾਪ ਸਿਰ ਤੇ ਜਿਉਂਦਾ ਹੋਏ ਜ਼ਿੰਦਾ ਹੋਏ ਬਾਪ ਕਦਮ ਕਦਮ ਤੇ ਆਪਣੇ ਬੱਚਿਆਂ ਦਾ ਦਿਫਾ ਕਰਦਾ, ਆਪਣੀ ਔਲਾਦ ਦਾ ਦਿਫਾ ਕਰਦਾ। ਮਾਂ ਜ਼ਿੰਦਾ ਹੋਏ ਮਾਂ ਆਪਣੇ ਬੱਚਿਆਂ ਦਾ ਦਿਫਾ ਕਰਦੀ ਹੈ, ਮਾਂ ਹੌਸਲੇ ਬਣਾਉਂਦੀ ਹੈ, ਬਾਪ ਹੌਸਲਾ ਦਿੰਦਾ ਤੇ ਦਿਫਾ ਕਰਦਾ। ਅੱਲਾਹ ਇਹ ਮਾਸੂਮ ਤੇ ਨਮਾਨੇ ਤੇ ਇਹ ਯਤੀਮ ਵਿਚਾਰੇ ਜਿਨ੍ਹਾਂ ਦੇ ਸਿਰ ਤੇ ਬਾਪ ਦਾ ਕੋਈ ਆਸਰਾ ਨਹੀਂ, ਤੇ ਰੱਬਾ ਕੌਣ ਇਹਨਾਂ ਦਾ ਦਿਫਾ ਕਰੇਗਾ, ਕੌਣ ਇਹਨਾਂ ਦਾ ਸਾਥ ਦੇਵੇਗਾ ਤੇ ਤਾਵਨ ਕਰੇਗਾ। ਫਰਮਾਇਆ ਮੈਂ ਕਾਇਨਾਤ ਦਾ ਰੱਬ ਐਲਾਨ ਕਰ ਰਿਹਾ ਵਾ, ਫੇਰ ਕੀ ਹੋਇਆ ਜੇ ਇਹਦਾ ਦਿਫਾ ਕਰਨ ਵਾਲਾ ਬਾਪ ਨਹੀਂ ਤੇ ਮੈਂ ਰੱਬ ਆਪ ਇਹਦਾ ਦਿਫਾ ਕਰ ਰਿਹਾ ਵਾ। ਰੱਬ ਦਾ ਕੁਰਾਨ ਸਮਾਤ ਫਰਮਾ ਲਓ। ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ ਇਹ ਮੇਰੇ ਮਹਬੂਬ ਪੈਗੰਬਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਐਲਾਨ ਫਰਮਾ ਦਿਓ, ਇਨ ਅਲਜ਼ੀਨਾ ਯਾਕੁਲੂਨਾ
اموال اليتامى ظلما انما ياكلون في بطونهم نارا وسيصلون سعيرا. رحمان دفاع کردا جے پیا اللہ فرماندے نے ان الذین یاکلون اموال الیتام ظلما او لوگ جڑے یتیماں دا مال جبرن کھا جاندے نے یتیماں دا مال ظلمن جڑے کھا جاندے نے یا اکلون اموال الیتام ظلما باپ فوت ہو گیا تے اے یتیم چاچیاں دے وس پے گئے نے باپ فوت ہو گیا مامیاں دے وس پے گئے نے باپ فوت ہو گیا چھوٹے چھوٹے پرا وڈے پراواں دے وس پے گئے نے. میں ایک دعوت فکر دینا چاہنا تے توجہ دلانا چاہنا اے میرے مجمع دے اندر میں بھی تے تساں بھی اپنے گریبان دے اندر چانکنا تے اپنے ارد گرد معاشرے دے اندر نظر دوڑانی ہے کہ ہاں ایسے واقعات آئے دن نہیں ہو رہا اور یا ایسے واقعات روزانہ مارز وجود دے اندر آ رہنے کے نہیں کہ باپ فوت ہو گیا جڑا وڈا پر آئے وہی سارا کچھ ہضم کر گیا فیکٹری اپنے نامے لوا لئیے کارخانے اپنے نامے لوا لینے اے وڈا سی انہیں بڑے ہون دا فائدہ اٹھایا اساریاں جائیداد اس ظالم نے ہڑپ کر لیا نے تے اپنے چھوٹے پائیاں تے انہاں یتیماں تے ظلم دی انتہا کر دیتی ہے. یہاں باپ فوت ہو گیا چاچیاں دی کفالت دے اندر اے بچے آ گئے نے چاچیاں مامیاں نے سمجھیا انہاں بیچاریاں نو کی پتا ساڈے باپ دے نامے کو جائیداد ہے سی کے نہیں او دا کو کارخانہ کو فیکٹری ہے سی کے نہیں او دا کوئی مکان تے مارکیٹ ہے سی کے نہیں. جنی دیر نو اینا وڈیا ہونا اونی دیر تک اے کھا پی کے ہضم کر بیٹھ دے نے. اللہ میری توبہ اللہ میری توبہ اے کاموں کی والیو اگر اے سمجھ دے ہو ہردہ گرہ تو اون والیو کتاب و سنت دے ہو پروانے ہو اگر اے سمجھ دے ہو کہ کھا لانا تے ڈکار جانا تے کیڑا کسے نے سانو پوچھ لانا ہاں ہاں کوئی نہیں پوچھن والا کی بتا اینا یتیمہ تے بیمار بیچارے انو کہ جنہ دا سوارا مال تو کھا پی گیا نہیں بتا اینا نو تے اینا تے نو پوچھیا نہیں. پر احکم الحاکمین دی عدالت لگن والی ہے رب دا دربار لگن والا. میں رب دا واسطہ دے کے اج دعوت فکر دینا چاہنا اگر خدا نہ خواستہ خدا نہ خواستہ مینو تو اڈے چو ہر ایک تے اعتماد ہے مینو تو اڈے چو ہر ایک تے نال حسن زن ہے لیکن اگر دانستہ یا نہ دانستہ اگر کسے یتیم دا مال کھا بیٹھا کسے یتیم دے مال نو ہڑپ کر بیٹھا تے او دی زمین نو اپنے نامے لوا بیٹھا تے پہلا میرے پاک پیغمبر دا ایک عام فرمانے گرامی نوٹ فرما لو. کائنات دے امام علیہ السلام نے فرمایا آپ فرما دے نے قیامت دا دن ہوئے گا اللہ دا دربار لگا ہوئے گا تے جس بندے نے کسے دی ایک گٹ زمین کنے ایک مربع نہیں ایک قلعہ نہیں کوئی دو چار کنالہ نہیں کوئی دس بارہ پندرہ مرلے نہیں ایک دو چار مرلے بھی نہیں آپ فرما دے نے جس بندے نے کسے دی زمین ایک گٹ تے بغیر حق دے قبضہ کر لیا نا حق انہیں ایدی زمین تے قبضہ کر لیا میرے آقا فرما دے نے قیامت دا دن ہوئے گا تے ستاں زمیناں دا توق اللہ اس بدبخت دے گلے وچ پا دیں گے ستاں زمیناں دا توق اللہ اس بندے دے گلے دے اس بچے نو بٹھا دو نیچے نیچے بیٹھ
ਸੱਤਾਂ ਜ਼ਮੀਨਾਂ ਦਾ ਤੌਰ ਅੱਲਾ ਇਸ ਬਦਬਖਤ ਇਨਸਾਨ ਦੇ ਗਲੇ ਪਹਿਨਾ ਦੇਣਗੇ। ਇਹ ਆਮ ਮਸਲਾ ਹੈ, ਆਮ ਮਸਲਾ। ਤੇ ਜਦੋਂ ਯਤੀਮਾਂ ਦੀ ਵਾਰੀ ਆਏ, ਅੱਲਾਹ ਜ਼ੁਲ ਜਲਾਲ ਨੇ ਔਰ ਸਖਤੀ ਫਰਮਾਏ, ਫਰਮਾਇਆ ਇਨ ਅਲਜ਼ੀਨਾ ਯਾਕੁਲੂਨਾ ਅਮਵਾਲਾ ਲਿਯਤਾਮਾ ਜ਼ੁਲਮਾਂ, ਜਿਹੜੇ ਜ਼ਾਲਿਮ ਯਤੀਮਾਂ ਦਾ ਮਾਲ ਜਬਰਨ ਖਾ ਜਾਂਦੇ ਨੇ, ਜ਼ੁਲਮਨ ਖਾ ਜਾਂਦੇ ਨੇ, ਉਹ ਸਮਝਦਾ ਗੱਲ ਜੇ ਅਦਾਲਤ ਤੱਕ ਵੀ ਜਾਏਗੀ ਤੇ ਮੇਰੇ ਹੱਥ ਬੜੇ ਲੰਬੇ ਨੇ, ਮੇਰਾ ਵਕੀਲ ਬੜਾ ਤਾਕਤਵਰ, ਮੇਰਾ ਵਕੀਲ ਬੜਾ ਸਿਆਣਾ, ਉਹ ਫੀਸ ਦੇ ਕੇ ਹੀ ਤੇ ਕੰਮ ਕਰਵਾਉਣਾ ਨਾ, ਵਕੀਲ ਬੜਾ ਸਿਆਣਾ ਪੜ੍ਹਿਆ ਲਿਖਿਆ, ਫੈਸਲਾ ਜ਼ਾਹਿਰੇ ਮੇਰੇ ਹੱਕ ਵਿੱਚ ਹੀ ਹੋਣਾ। ਹਾਂ, ਅੱਜ ਤੇਰੇ ਹੱਕ ਵਿੱਚ ਫੈਸਲਾ ਹੋਏਗਾ ਤੇ ਕੱਲ ਜਿੱਦਣ ਕਿਆਮਤ ਦਾ ਦਿਨ ਹੋਏਗਾ, ਗਰੇਬਾਨ ਤੇਰਾ ਹੋਏਗਾ ਤੇ ਹੱਥ ਇਹਨਾਂ ਯਤੀਮਾਂ ਦਾ ਹੋਏਗਾ। ਨਬੀ ਅਲੈਹਿ ਸਲਾਮ ਤੋਂ ਅਦਾਲਤ ਨੇ ਤੇ ਫੈਸਲਾ ਕਰਨਾ ਦਲਾਇਲ ਦੀ ਬੇਸ ਤੇ। ਤੇ ਮੇਰੇ ਪਾਕ ਪੈਗੰਬਰ ਅਲੈਹਿ ਸਲਾਮ ਨੇ ਫਰਮਾਇਆ, ਕੋਈ ਬੰਦਾ ਅਗਰ ਮੇਰੇ ਕੋਲੋਂ ਫੈਸਲਾ ਕਰਵਾ ਜਾਏ, ਤੇ ਨਬੀ ਨੇ ਜ਼ਾਹਿਰੀ ਦਲਾਇਲ ਤੇ ਫੈਸਲਾ ਕਰਨਾ, ਤੇ ਬਹੁਤਾ ਚਾਤਰ ਤੇ ਬਹੁਤਾ ਚਲਾਕ ਤੇ ਹੁਸ਼ਿਆਰ ਇਹ ਨਾ ਸਮਝੇ ਕਿ ਮੈਂ ਅਗਰ ਫੈਸਲਾ ਅਦਾਲਤ ਕੋਲੋਂ ਆਪਣੇ ਹੱਕ ਵਿੱਚ ਆਪਣੀ ਜ਼ਬਾਨ ਦਰਾਜ਼ੀ ਦੇ ਬਲ ਬੋਤੇ ਤੇ ਕਰਾ ਲਿਆ ਤੇ ਲਿਆਦਾ, ਚੁੱਕੇ ਫੈਸਲਾ ਮੇਰੇ ਹੱਕ ਵਿੱਚ ਤੇ ਫਿਰ ਮੈਂ ਹੱਕ ਤੇ ਹੀ ਹਾਂ ਤੇ ਸਾਰਾ ਕੁਝ ਮੇਰੇ ਵਾਸਤੇ ਹਲਾਲ। ਆਮਿਨਾ ਦੇ ਲਾਲ ਅਲੈਹਿ ਸਲਾਮ ਫਰਮਾਉਂਦੇ ਨੇ, ਮੇਰੇ ਕੋਲੋਂ ਚਰਬ ਲਿਸਾਨੀ ਦੀ ਬੁਨਿਆਦ ਅਗਰ ਕੋਈ ਫੈਸਲਾ ਕਰਵਾ ਲੈਂਦਾ ਆਪਣੇ ਹੱਕ ਵਿੱਚ ਤੇ ਕੋਈ ਚੀਜ਼ ਮੇਰੇ ਕੋਲੋਂ ਵਸੂਲ ਕਰ ਲੈਂਦਾ, ਆਪ ਫਰਮਾਉਂਦੇ ਨੇ ਇੰਜ ਸਮਝੋ ਜਿਵੇਂ ਉਹਨੇ ਅੱਗ ਦਾ ਅੰਗਾਰਾ ਵਸੂਲ ਕੀਤਾ। ਇੱਥੇ ਤੇ ਸ਼ਾਇਦ ਕੋਈ ਨਹੀਂ ਪੁੱਛਣ ਵਾਲਾ, ਪਰ ਅੱਲਾਹ ਦਾ ਦਰਬਾਰ ਲੱਗਣਾ, ਉੱਥੇ ਜ਼ਿੰਦਗੀ ਦੇ ਸਾਹ ਸਾਹ ਦਾ ਹਿਸਾਬੋ ਕਿਤਾਬ ਦੇਣਾ ਪੈਣਾ। ਅੱਲਾਹ ਫਰਮਾਉਂਦੇ ਨੇ ਇਨ ਅਲਜ਼ੀਨਾ ਯਾਕੁਲੂਨਾ ਅਮਵਾਲਾ ਲਿਯਤਾਮਾ ਜ਼ੁਲਮਾਂ, ਜਿਹੜੇ ਯਤੀਮਾਂ ਦਾ ਮਾਲ ਜਬਰਨ ਤੇ ਜ਼ੁਲਮਨ ਖਾਂਦੇ ਨੇ। ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ ਯਾਕੁਲੂਨਾ ਫੀ ਬੁਤੂਨਿਹਿਮ ਨਾਰਾ, ਇਹ ਨਾ ਸਮਝੀ ਮੈਂ ਚਰਗੇ ਮੁਰਗੇ ਖਾਣਾ ਪਿਆ, ਮੈਂ ਬਟੇਰੇ ਖਾ ਰਿਹਾ ਵਾਂ, ਮੈਂ ਆਲਾ ਕਿਸਮ ਦੀਆਂ ਖੁਰਾਕਾਂ ਖਾ ਰਿਹਾ ਵਾਂ। ਇਨਮਾ ਯਾਕੁਲੂਨਾ ਫੀ ਬੁਤੂਨਿਹਿਮ ਨਾਰਾ, ਇਹ ਜ਼ਾਲਿਮ ਤੇ ਆਪਣੇ ਪੇਟ ਵਿੱਚ ਜਹੰਨਮ ਦੀ ਅੱਗ ਭਰਦਾ ਪਿਆ, ਕੁਰਾਨ ਕਹਿ ਰਿਹਾ ਕੁਰਾਨ। ਅੱਲਾਹ ਜੇ ਤੌਫੀਕ ਅਤਾ ਫਰਮਾ ਦੇ, ਸਪਾਰਾ ਚੌਥਾ ਤੇ ਸੂਰਤ ਦਾ ਨਾਮ ਹੈ ਸੂਰਾ ਨਿਸਾ। ਅੱਲਾਹ ਫਰਮਾਉਂਦੇ ਨੇ ਇਨਮਾ ਯਾਕੁਲੂਨਾ ਫੀ ਬੁਤੂਨਿਹਿਮ ਨਾਰਾ, ਜੇ ਖੁਦਾ ਨਾ ਖਾਸਤਾ ਕੋਈ ਮਾੜਾ ਮੋਟਾ ਐਬ ਵੈਲ ਸਾਡੇ ਚ ਹੈ, ਅੱਜ ਇੱਥੇ ਬੈਠੇ ਆਪਣੇ ਰੱਬ ਨਾਲ ਵਾਅਦਾ ਕਰ ਲਈਏ, ਅੱਲਾ ਦੁਨੀਆ ਤੇ ਉਹ ਜਿਹੜੀ ਕੱਟ ਜਾਣੀ ਹੈ, ਦੁਨੀਆ ਉਹ ਜਿਹੜੀ ਅੱਜ ਨਹੀਂ ਤੇ ਕੱਲ ਮੁੱਕ ਜਾਣੀ ਹੈ, ਜਿਹੜਾ ਮਰ ਗਿਆ ਉਹਦੇ ਲਈ ਕਿਆਮਤ ਕਾਇਮ ਹੋ ਗਈ, ਤੇ ਕੀ ਪਤਾ ਹੀ ਜਿਹੜਾ ਸਾਹ ਠਾ ਗਿਆ ਇਹ ਸਾਹ ਤਾਂ ਵੀ ਆਉਣਾ ਕਿ ਨਹੀਂ, ਖਾ ਪੀ ਪਿਛਲਿਆ ਜਾਣਾ, ਐਸ਼ਾ ਤੇ ਮੌਜਾਂ ਪਿਛਲਿਆਂ ਕਰਨੀਆਂ ਨੇ। ਤੇ ਸੋਹਣਿਓ ਕਬਰਾਂ ਜਵਾਬ ਸਵਾਲ ਸਾਨੂੰ ਕਰਨੇ ਕਰਵਾਉਣੇ ਪੈਣੇ ਨੇ। ਇਸ ਵਾਸਤੇ ਅੱਜ ਰੱਬ ਨਾਲ ਵਾਅਦਾ ਕਰ ਲਓ, ਈਦ ਦੀਆਂ ਖੁਸ਼ੀਆਂ ਦੇ ਸਹੀ ਮਾਨਿਆਂ ਦੇ ਅੰਦਰ ਬਸਰ ਕਰਨਾ ਚਾਹੁੰਦੇ ਹੋ ਤੇ ਚਾਹੁੰਦੇ ਹੋ ਕਿ ਈਦ ਦੀਆਂ ਖੁਸ਼ੀਆਂ ਅੰਦਰ ਕਾਇਨਾਤ ਦਾ ਰੱਬ ਖੁਸ਼ ਹੋ ਜਾ, ਅੱਜ ਜਾ ਕੇ ਯਤੀਮਾਂ ਦਾ ਹੱਕ ਯਤੀਮਾਂ ਦੇ ਹਵਾਲੇ ਕਰ ਦੇ, ਜਾਂ ਕਿਸੇ ਬੇਵਾ ਦਾ ਹੱਕ ਖਾ ਬੈਠਾ ਤੇ ਬੇਵਾ ਦੇ ਹਵਾਲੇ ਕਰ ਦੇ, ਕਿਸੇ ਯਤੀਮ ਮਿਸਕੀਨ ਤੇ ਜ਼ੁਲਮ ਤੇ ਜ਼ਿਆਤੀ ਕਰ ਬੈਠਾ, ਅੱਜ ਜਾ ਕੇ ਉਹਦੇ ਕੋ ਹੱਥ ਬੰਨ ਕੇ ਮਾਫੀ ਮੰਗ ਲਾ ਕਿ ਅੱਲਾ ਵਾਲਿਆ ਅੱਜ ਮਾਫ ਕਰ ਦੇ, ਰੱਬ ਦੇ ਦਰਬਾਰ ਦੇ ਅੰਦਰ ਮੇਰੇ ਕੋਲੋਂ ਹਿਸਾਬ ਨਹੀਂ ਦਿੱਤਾ ਜਾਣਾ। ਅੱਲਾਹ ਜ਼ੁਲ ਜਲਾਲ ਫਰਮਾਉਂਦੇ ਨੇ ਇਨਮਾ ਯਾਕੁਲੂਨਾ ਫੀ ਬੁਤੂਨਿਹਿਮ ਨਾਰਾਂ ਵਸਾ ਯਸਲੂਨਾ ਸਗੀਰਾ,
اللہ میں تیرے قرآن دی عظمت تو صدقے جا قرآن دا ایک اور مقام سماعت فرما لو۔ اللہ ذوالجلال ایتھے وی یتیماں دا تذکرہ فرمایا، اللہ فرماندے نے وایوتے اے مومنہ دی ایک نشانی، مومنہ دی بہت ساریاں خوبیاں چو ایک خوبی، اللہ فرماندے نے وایوتے اے مونت طعام علی حبہ، وایوتے طعام علی حبہ مسکینا و یتیما و اسیرا۔ انہاں دی خوبی ایمان والے اندی ایوے اللہ دی رضا واسطے کھانا کھلاندے نے مسکینن و یتیمن و اسیران، کدی مسکینن کھانا کھلا رہنے، کدی یتیمن کھانے کھلا رہنے، کدی قیدیان کھانے کھلا رہنے۔ اللہ اللہ، ہن اپنے دل دے اندر جذبہ سانو بھی رکھنا چاہیدا، اللہ رمضان المبارک دیاں بہاراں نے، مالکا رمضان المبارک دا اے اج آخری جمعہ ہے، پتہ نہیں دوبارہ زندگی اندر اینا پروانیاں نو مل بیٹھنا نصیب ہونا کہ نہیں، پتہ نہیں آئندہ سال اس مسجد دے اندر مقتدی ہونا کہ خطیب ہونا، زندگی دا تے پتہ نہیں کن پیارے جدائیاں دے کے چلے گیا نے، پچھلے رمضان تو ویکھ لے اج دے رمضان تک، ہاں درجنوں نہیں سینکڑوں پیارے دنیا تو ٹر گئے نے، درجنوں نہیں سینکڑوں جا دنیا تو پیارے رخصت کر چکے نے، کہ نہیں رب ایسے نے کہ جنہاں نو اساں اپنے کندھیاں تے اٹھا کے قبرستاناں دے حوالے کر دیتا ہے، کہ نہیں ایسے پیارے نے کہ جنہاں دے جنازے آپ اساں کندھے دیتے نے، جنہاں دے چہریاں نو ویکھن تو اسی ترسیا کر دے ساں، انہاں چوہے چہریاں نو آپ اساں مٹی ہزاراں من مٹی تھلے چھپا دیتا۔ ربا زندگی اندر دوبارہ اے رونقاں بہاراں پتہ نہیں ساڈے چوں کسے نو ویکھنیاں نصیب ہونیاں نے کہ نہیں۔ مینوں یاد آیا شادی، اللہ اودے تے رحمت دی برخا نازل فرمائے، آندے نے ایک باغ دے اندر نا باغے، ہاں باغ دے اندر خزاں دا موسم چھا رہا، بہار جا رہی ہے تے خزاں آ رہی ہے، موسم بدل دا پیا تے بہار جاندی ہے پئی، تے ایک نکی جی بلبل اینا بوٹیاں تے اینا پھلاں نو گلے لگان دی ہے تے نالے آنسو بہان دی ہے، اونا ٹہنیاں تو اٹھ دی ہے، اونا ٹہنیاں تے بہ جان دی ہے، اونا پھلاں تو اٹھ دی ہے، اینا پھلاں تے بہ جان دی ہے، تے نالے رون دی ہے آنسو بہان دی ہے، تے باغ دا مالی وے کے آندہ نہیں بلبل کملی ہو گئی ہے، بہار جا رہے آتے پھر گیڑی گل لے، اے تے موسم بدل دے رہی دے نے، آج بہار جا رہی ہے تے خزاں آ رہی ہے تے پھر بھی تے بہارا آن دیا ہی رہنیا نے، تے بلبل زبان حال نال آن دیے آن دیے بے باغ دے مالیا، رونا اس گل دا نہیں کہ بہار آنی ہے کہ نہیں، رونا اس گل دا اے بہار مینوں ویکھنی نصیب ہونی ہے کہ نہیں، رونا تے اس گل دا اے بہار مینوں ویکھنی نصیب ہونی ہے کہ نہیں۔ اللہ اس رمضان دیا کئی بہار سانو ویکھنیاں نصیب فرما۔ میرے بھائی میرے برادر، اللہ ذوالجلال دا قرآن اعلان فرما رہا ہے، وَيُطْعِمُونَ الطَّعَامَ عَلَى حُبِّهِ مِسْكِينًا وَيَتِيمًا وَأَسِيرًا۔ اللہ دی رضا دی خاطر یتیمانو مسکینانو تے قیدیانو کھانے کھلان دینے، میں قربان جاواں۔ اللہ ذوالجلال نے قرآن دی اندر نہ
ਇਹਨਾਂ ਯਤੀਮਾਂ ਨਾਲ ਆਪ ਮੁਹੱਬਤ ਕੀਤੀ ਹੈ, ਤੁਸੀਂ ਆਪ ਅੰਦਾਜ਼ਾ ਫਰਮਾ ਲਓ ਇਹਨਾਂ ਨਾਲ ਕਾਇਨਾਤ ਦੇ ਰੱਬ ਨੇ ਆਪ ਮੁਹੱਬਤ ਫਰਮਾਈ ਹੈ, ਇਹਨਾਂ ਯਤੀਮਾਂ ਦੇ ਆਂਸੂਆਂ ਨੂੰ ਰੱਬ ਨੇ ਆਪ ਸਾਫ ਕੀਤਾ। ਕਾਮੋ ਕੀ ਵਾਲਿਓ, ਯਤੀਮਾਂ ਦੇ ਆਂਸੂਆਂ ਨੂੰ ਸਾਫ ਕਰਿਆ ਕਰੋ, ਯਤੀਮਾਂ ਦੇ ਸਿਰ ਤੇ ਦਸਤੇ ਸ਼ਫਕਤ ਤੇ ਦਸਤੇ ਮੁਹੱਬਤ ਰੱਖਿਆ ਕਰੋ। ਇੱਕ ਦਿਨ ਨਾ ਮੇਰੇ ਆਕਾ ਅਲੈਹਿ ਸਲਾਮ ਦੇ ਕੋਲ ਆਉਣ ਵਾਲਾ ਇੱਕ ਆਇਆ, ਆ ਕੇ ਅਰਜ਼ ਕਰਦਾ, ਮਹਬੂਬ ਸੋਹਣਿਓ ਦਿਲ ਬੜਾ ਸਖਤ ਹੋ ਗਿਆ, ਅੱਲਾਹ ਦੇ ਪਿਆਰੇ ਨਬੀ ਜੀ ਕੋਈ ਨੁਸਖਾ ਇਰਸ਼ਾਦ ਫਰਮਾ ਦਿਓ, ਮੇਰਾ ਦਿਲ ਨਰਮ ਪੈ ਜਾਏ। ਤੇ ਜੱਗਾਂ ਦੇ ਪੀਰ ਰੱਬ ਦੇ ਹਬੀਬ ਅਲੈਹਿ ਸਲਾਮ ਫਰਮਾਉਂਦੇ ਨੇ, ਇੰਜ ਕਰ, ਕੋਈ ਯਤੀਮ ਲੱਭ ਕੇ ਉਹਦੇ ਸਿਰ ਤੇ ਪਿਆਰ ਦਾ ਹੱਥ ਰੱਖਿਆ ਕਰ, ਕੋਈ ਯਤੀਮ ਵੇਖ ਕੇ ਉਹਦੇ ਸਿਰ ਤੇ ਦਸਤੇ ਮੁਹੱਬਤ ਰੱਖਿਆ ਕਰ। ਕਈ ਫਾਇਦੇ ਇਹ ਹੋਣਗੇ, ਇੱਕ ਫਾਇਦਾ ਇੱਕ ਰਵਾਇਤ ਦੇ ਅੰਦਰ, ਇੱਕ ਫਾਇਦਾ ਤੇ ਇਹ ਵੇ, ਤੂੰ ਯਤੀਮ ਨਾਲ ਪਿਆਰ ਕਰੇਗਾ, ਅੱਲਾ ਤੇਰੀਆਂ ਲੋੜਾਂ ਪੂਰੀਆਂ ਕਰ ਦੇਵੇਗਾ। ਤੂੰ ਯਤੀਮ ਨਾਲ ਮੁਹੱਬਤ ਕਰੇਗਾ, ਅੱਲਾ ਤੇਰੀਆਂ ਜ਼ਰੂਰੀਅਤ ਨੂੰ ਪੂਰਾ ਫਰਮਾ ਦੇਵੇਗਾ। ਨੰਬਰ 2, ਤੂੰ ਯਤੀਮ ਦੇ ਸਿਰ ਤੇ ਪਿਆਰ ਦਾ ਹੱਥ ਰੱਖੇਗਾ, ਅੱਲਾ ਯਤੀਮ ਦੇ ਸਿਰ ਤੇ ਹੱਥ ਰੱਖਣ ਦੀ ਵਜ੍ਹਾ ਤੋਂ ਤੇਰਾ ਦਿਲ ਨਰਮ ਫਰਮਾ ਦੇਣਗੇ। ਤੇ ਨੰਬਰ 3, ਕਾਇਨਾਤ ਦੇ ਇਮਾਮ ਅਲੈਹਿ ਸਲਾਮ ਫਰਮਾਉਂਦੇ ਨੇ, ਇਹਦੇ ਸਿਰ ਤੇ ਹੱਥ ਰੱਖੇਗਾ, ਜਿੰਨੇ ਵਾਲ ਤੇਰੇ ਹੱਥ ਥੱਲੇ ਆਉਣਗੇ, ਅੱਲਾਹ ਉਨੀਆਂ ਨੇਕੀਆਂ ਅਤਾ ਫਰਮਾ ਦੇਣਗੇ, ਅੱਲਾ ਉਨੀਆਂ ਨੇਕੀਆਂ ਅਤਾ ਫਰਮਾ ਦੇਣਗੇ। ਇਸ ਵਾਸਤੇ ਯਤੀਮਾਂ ਨਾਲ ਮੁਹੱਬਤ ਰੱਖ, ਇਹਨਾਂ ਦੇ ਆਂਸੂ ਸਾਫ ਕਰਿਆ ਕਰ, ਕਿਉਂਕਿ ਇਹ ਰੱਬ ਦੀ ਸੁਨਨਤ ਹੈ, ਮੈਂ ਅੱਲਾ ਮੁਹੰਮਦ ਮੁਸਤਫਾ ਦੀ ਸੁਨਨਤ ਹੈ। ਆਓ ਜ਼ਰਾ ਅੱਲਾਹ ਦਾ ਕੁਰਾਨ ਸਮਾਤ ਫਰਮਾ ਲਓ, ਰੱਬੁਲ ਆਲਮੀਨ ਦਾ ਕੁਰਾਨ ਗਵਾਹੀ ਦੇ ਰਿਹਾ, ਐਲਾਨ ਫਰਮਾ ਰਿਹਾ, ਫਰਮਾਇਆ ਵਾ ਅਮਲ ਜਿਦਾਰੋ ਫਕਾ ਨਾਲ حضرت موسیٰ علیہ السلام تے جناب خضر، اے دوویں اللہ دے پیارے نے جا رہے نے۔ حضرت موسیٰ علیہ السلام نے عرض کیتی سی، میں حضرت تہاڈے کولوں ایسا علم حاصل کرنا چاہنا جیدے متعلق رب نے مینوں فرمایا۔ موسیٰ پیارے، او علم تہاڈے کول نہیں، او جا کے ساڈے بندے خضر کولوں سیکھو۔ حضرت میں تہاڈے کو آیا ہاں تے مینوں او علم ذرا سکھلا دیو۔ جناب خضر علیہ السلام، بعد آندے نے اللہ دے نبی سن، بعد آندے نے نبی نہیں سن، ویسے اللہ دے بڑے برگزیدہ بندے سن، اللہ دے بڑے عظیم ولی سن، اللہ ذل جلال ولی کرم دے نبی موسیٰ علیہ السلام۔ فرمایا حضرت مینوں نال رکھ لو۔ فرمان لگے تو میرے نال نہیں رہ سکدا۔ اچھا جناب ترلا، میں دی تفصیل چ نہیں جانا چاہندا، ਫਰਮਾਨ ਲੱਗੇ ਚੱਲ ਮੈਂ ਨਾਲ ਰੱਖ ਲੈਣਾ ਵਾ, ਲੇਕਿਨ ਮੈਂ ਜੋ ਕੰਮ ਕਰਾਂ ਉਹਦੇ ਵਾਸਤੇ ਸਵਾਲ ਨਹੀਂ ਆ ਮੇਰੇ ਕੋਲ ਕਰਨਾ। ਜੀ ਵਾਅਦਾ ਹੋ ਗਿਆ, ਮੈਂ ਤੁਹਾਡੇ ਕੋਲ ਸਵਾਲ ਨਹੀਂ ਕਰਦਾ। ਹੁਣ ਉਹਦੇ ਅੰਦਰ 3 ਚੀਜ਼ਾਂ ਆਈਆਂ ਨੇ, ਇੱਕ ਤੇ ਬੱਚੇ ਯਤੀਮ ਸਨ, ਉਹਨਾਂ ਦੀ ਕਸ਼ਤੀ ਜਨਾਬ ਖਿਜ਼ਰ ਅਲੈਹਿ ਸਲਾਮ ਨੇ ਮੁੱਕਾ ਮਾਰ ਕੇ ਕਸ਼ਤੀ ਦਾ ਫੱਟਾ ਤੋੜ ਛੱਡਿਆ। ਇੱਕ ਇਹ ਸੀ, ਇੱਕ ਬੱਚੇ ਨੂੰ ਮਾਸੂਮ ਸੀ ਉਹਨੂੰ ਫੜ ਕੇ ਮੁੱਕਾ ਮਾਰਿਆ ਤੇ ਖਤਮ ਕਰ ਦਿੱਤਾ। ਔਰ ਤੀਸਰਾ ਇਹ ਸੀ ਕਿ ਇੱਕ ਪਿੰਡ ਦੇ ਅੰਦਰ ਦਾਖਲ ਹੋਏ, ਪਿੰਡ ਵਾਲਿਆਂ ਨੂੰ ਜਾ ਕੇ ਮਿਲੇ, ਕਹਿਣ ਲੱਗੇ ਅਸੀਂ ਮੁਸਾਫਰ ਹਾਂ ਤੇ ਸਾਡੇ ਨਾਲ ਕੋਈ ਮਿਹਰਬਾਨੀ ਮੁਹੱਬਤ ਫਰਮਾਓ, ਸਾਨੂੰ ਕੋਈ ਖਾਣੇ ਛਾਣੇ ਦਾ ਇੰਤਜ਼ਾਮ ਕਰਕੇ ਦਿਓ। ਤੇ ਪਿੰਡ ਵਾਲਿਆਂ ਚਿੱਟਾ ਚਿੱਟਾ ਇਨਕਾਰ ਕਰ ਦਿੱਤਾ। ਉਹਨਾਂ ਆਖਿਆ ਸਾਡੇ ਪਿੰਡ ਰੋਟੀ ਛੋਟੀ ਖਵਾਉਣ ਦਾ ਕੋਈ ਰਿਵਾਜ ਨਹੀਂ, ਹੋਰ ਕੋਈ ਥਾਂ ਲੱਭੋ ਜਾ ਕੇ ਖਾਣੇ ਤੋਂ ਖਿਲਾਉਣ ਤੋਂ ਉਹਨਾਂ ਇਨਕਾਰ ਕਰ ਦਿੱਤਾ।
اللہ ذل جلال دے اے دوویں پیارے نبی جناب خضر تے حضرت موسیٰ علیہ السلام تشریف لے جا رہے نے تے جاندے آ نا پنڈو نکلن لگے انہاں روٹی نہیں کھوائی حضرت خضر فرمان لگے آ ویکھو نا دیوار ڈگن والی ہوئی ہے تے موسیٰ گارا شارا بناؤ ذرا اے دیوار سیدھی کر دئیے آندے نے بھوک نال کڑل پینڈ نے تے حضرت روٹی سانو اینا نہیں پوچھی آ منہ منگی تے اینا سانو روٹی نہیں دیتی تے تسی اینا دیا کندھا بنان لگ پئے ہو چلو کندھ بنانی سہی تے انہاں کول اجرت لے لینی چاہیے کو مزدوری لے لینی چاہیے خیر ایتھوں آ کے اینا دی جدائی ہو گئی ہے تفصیل انشاءاللہ آئندہ کسی خطبہ جمعہ میں بیان کرن دی کوشش کراں گا اج میں جڑی بات سمجھانا چاہنا ہن جناب خضر تے حضرت موسیٰ علیہ السلام دیوار بنائی حضرت موسیٰ نے تین سوال جڑے کیتے سن انہاں جو ایک سوال دا جواب اے وے فرماندے نے وا عمل جدار فکان لغلامین یتیمین فی المدینۃ وکان تحت کنز لہما وکان ابوہما صالحا اے بھی معلوم ہوندا رزق حلال دا ہووے ماپے نیک ہوں تے ماپے دنیا تو ٹر وی جان اللہ ذل جلال اینا یتیماں دے مال دی آپ حفاظت فرما لیندے نے اے موسیٰ پیارے گل سنو آ جڑی میں دیوار بنائیے نا پتا جے کیوں بنائیے اے نہیں کہ مینوں انہاں کولوں کو روٹی ملن دی امید اصل گل اے وے آ دیوار ایک مکان دی دیوار تے مینوں اللہ دے ذریعے اے دسیا گیا اس دیوار دے تھلے اینا یتیماں دا خزانہ پیا ایس دیوار دیاں بنیاداں دے اندر اینا یتیماں دا خزانہ پہ آئے دیوار ڈگ پئی اٹاں اکھڑ گئیاں خزانہ ظاہر ہو جائے گا لوکاں کھا پی جانا ہے اللہ ذل جلال نے آرڈر دیتا ہے اے میرے پیارے ہو اے دیوار بنا دیو جنے چیر نو دیوار ڈگے گی انے چیر نو یتیم جوان ہو جائیں گے اونی دیر نو یتیم جوان ہو جائیں گے تے اپنے خزانے دا آپ استعمال کر لیں گے آپ او دی حفاظت تے رکھوالی کر لیں گے میرے بھائی پتہ لگا یتیماں نال کائنات دا رب محبت کر دے اللہ ذل جلال پیار کر دینے وے اور یتیماں نال ساری کائنات دے امام جناب محمد صلی اللہ علیہ وسلم محبت فرمان دینے آپ فرمان سختی کی نیئے آپ فرمان دینے میں جدو معراج دے سفر تے گیا نا تے میں ویکھیا کئی ایسے بدبخت نے اونا دے ہونٹ لٹک دینے پیا تے فرشتے تکے نال اونا دے منہ کھول کے تے وچ جہنم دے گرم پتھر داخل کر دینے پیا اے پتھر اینا دے پیٹ وچ داخل ہندے نے تے پخانے رستے نکل جاندے نے میں پوچھیا جبریل کون بد نصیب لوگ نے تے دسیا گیا اللہ دے پیارے نبی جی اے او ظالم نے جڑے دنیا تے یتیماں دا مال کھا جایا کر دے سن بلکہ ایک روایت دے اندر موجود ہے آپ فرما دے نے قبران دے وچوں جدو اے بدبخت اٹھن گے اینا دے منہ چوں آگ دے شولے نکل دے ہون گے اینا دے ناک وچوں آگ دے شولے نکل دے ہون گے آپ فرما دے نے لوکی سمجھ جان گے اے او ظالم نے جڑے دنیا تے یتیماں دا مال کھایا کر دے سر یتیماں تے ظلم تے زیادتیاں کریا کر دے سن تا
ਤਾਂ ਕੁਰਾਨ ਨੇ ਆਖਿਆ ਇਨਮਾ ਯਾ ਅਕਲੂ ਨਫੀ ਬਤੂਨ ਨਾਰਾ ਵਾਸਾ ਯਸ ਲਉ ਨਸਰਾ। ਅੱਲਾਹ ਮੈਂ ਤੇਰੇ ਕੁਰਾਨ ਦੀ ਅਜ਼ਮਤ ਤੋਂ ਸਦਕਾ ਉੱਥੇ ਕੀ ਫਰਮਾਇਆ ਅਰਾਇਤ ਅੱਲਜ਼ੀ ਯੁਕਜ਼ਿਬੂ ਬਿਦ੍ਦੀਨ ਫਜ਼ਾਲਿਕ ਅੱਲਜ਼ੀ ਯਦਉ ਅਲ-ਯਤੀਮ ਵਲਾ ਯਹੁਜ਼ੁ ਅਲਾ ਤਅਮਿ ਅਲ-ਮਿਸਕੀਨ। ਪਰਵਾਨਿਓ ਕੁਰਾਨ ਦਿਓ ਪਿਆਰੇ ਪੈਗੰਬਰ ਅਲੈਹਿ ਸਲਾਤੁ ਵਸਲਾਮ ਨੇ ਹਕੀਕਤ ਤੋਂ ਸਾਨੂੰ ਆਸ਼ਨਾ ਫਰਮਾ ਦਿੱਤਾ। ਨਬੀ ਨੇ ਸਾਨੂੰ ਹਕੀਕਤ ਤੋਂ ਆਗਾਹ ਫਰਮਾ ਦਿੱਤਾ ਕਿ ਯਤੀਮਾਂ ਦੇ ਮਾਲ ਨੂੰ ਹੱਥ ਵੀ ਨਹੀਂ। ਇਹ ਜਦੋਂ ਰੱਬੁਲ ਆਲਮੀਨ ਨੇ ਐਤਾ ਨਾਜ਼ਲ ਕੀਤੀਆਂ ਨਾ ਸਿਹਾਬਾ ਇੰਨੇ ਖੌਫ ਜ਼ਦਾ ਹੋ ਗਏ, ਇੰਨੇ ਡਰ ਗਏ ਕਿ ਜਿਨ੍ਹਾਂ ਘਰਾਂ ਦੇ ਅੰਦਰ ਯਤੀਮ ਬੱਚੇ ਪਲਦੇ ਸਨ ਨਾ ਪੈ, ਸਿਹਾਬਾ ਨੇ ਉਹਨਾਂ ਦਾ ਖਾਣਾ ਵੱਖਰਾ ਕਰ ਦਿੱਤਾ। ਖਾਣੇ ਚੋਂ ਕੁਛ ਬਚ ਜਾਂਦਾ ਉਹ ਯਤੀਮ ਖਾਏ ਤੇ ਖਾਏ, ਵਰਨਾ ਖਰਾਬ ਹੋ ਜਾ ਘਰ ਦਾ, ਕੋਈ ਦੂਸਰਾ ਜੀ ਉਹਨੂੰ ਹੱਥ ਨਹੀਂ ਲਾਉਂਦਾ। ਬੜੀ ਸਖਤੀ ਸਿਹਾਬਾ ਨੇ ਸਮਝੀ। ਫਿਰ ਅੱਲਾਹ ਜ਼ੁਲ ਜਲਾਲ ਵਲ ਕਰਾਮ ਨੇ ਫਰਮਾਇਆ ਯਤੀਮ ਅਗਰ ਤੁਹਾਡੇ ਘਰ ਪਲਦਾ ਨਾ ਪਿਆ ਤੇ ਨੀਅਤ ਸਾ, ਅਸਲ ਗੱਲ ਨੀਅਤ ਤੇ ਆ ਕੇ ਮੁਕਣੀ ਹੈ, ਨੀਅਤ ਸਾਫ਼ ਹੋਣੀ ਚਾਹੀਦੀ ਹੈ। ਔਰ ਅਗਰ ਕੋਈ ਖਾਣ ਪੀਣ ਦਾ ਮਾੜਾ ਮੋਟਾ ਸਮਾਨ ਹੋਏ, ਘਰ ਦੇ ਅੰਦਰ ਖਾਣਾ ਪੱਕਦਾ, ਉਹ ਖਾਣ ਅੰਦਰ ਏਡੀ ਕਬਾਹਤ ਤੇ ਹਰਜ ਨਹੀਂ, ਲੇਕਿਨ ਗੱਲ ਉੱਥੇ ਵੀ ਇੱਕ ਨੀਅਤ ਅੱਛੀ ਤੇ ਸਾਫ਼ ਹੋਣੀ ਚਾਹੀਦੀ ਹੈ। ਅੱਲਾ 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 ਮੈਂ ਤੇਰੇ ਪਾਕ ਪੈਗੰਬਰ ਦੇ ਹਰ ਫਰਮਾਨ ਤੋਂ ਆਪਣੀ ਜਾਨ ਕੁਰਬਾਨ ਕਰ ਜਾ ਤੇ ਹੱਕ ਅਦਾ ਨਾ ਹੋ। ਆਮਿਨਾ ਦੇ ਲਾਲ ਅਲੈਹਿ ਸਲਾਮ ਫਰਮਾਉਂਦੇ ਨੇ ਸਭ ਤੋਂ ਇੱਜ਼ਤ ਵਾਲਾ ਘਰ ਅੱਲਾ ਦੇ ਨਜ਼ਦੀਕ ਸਭ ਤੋਂ ਪਿਆਰਾ ਘਰ ਸੋਹਣਿਆ ਕਿਹੜਾ, ਜਿਹਨੂੰ ਟੈਲਾਂ ਬਹੁਤੀਆਂ ਲੱਗੀਆਂ ਹੋਣ, ਸੰਗੇ ਮਰਮਰ ਲਿਆ ਜ਼ਿਆਦਾ ਲੱਗਾ ਹੋਏ, ਜਿਹਦੇ ਦਰਵਾਜ਼ੇ ਤੇ ਖਿੜਕੀਆਂ ਆਲਾ ਕਿਸਮ ਤੇ ਆਲਾ ਨਸਲ ਦੀਆਂ ਹੋਣ। ਫਰਮਾਇਆ ਨਹੀਂ, ਆਕਾ ਫਰਮਾਉਂਦੇ ਨੇ ਜਿਸ ਘਰ ਵਿੱਚ ਯਤੀਮ ਦੀ ਇੱਜ਼ਤ ਹੋਏ ਉਸ ਘਰ ਦੀ ਅੱਲਾ ਦੇ ਦਰਬਾਰ ਵਿੱਚ ਕਦਰ ਹੀ ਬੜੀ ਹੁੰਦੀ ਹੈ। ਜਿਸ ਘਰ ਵਿੱਚ ਯਤੀਮ ਸੰਭਦਾ ਪਿਆ, ਜਿਸ ਘਰ ਦੇ ਅੰਦਰ ਯਤੀਮ ਪਲਦਾ ਪਿਆ, ਉਸ ਘਰ ਦੇ ਅੰਦਰ ਅੱਲਾ ਦੀਆਂ ਰਹਿਮਤਾਂ ਦੀਆਂ ਬਾਰਿਸ਼ਾਂ ਹੁੰਦੀਆਂ ਨੇ। ਰੱਬ ਦੀ ਰਹਿਮਤ ਦਾ ਉਹਨਾਂ ਘਰਾਂ ਤੇ ਨਜ਼ੂਲ ਹੋਇਆ ਕਰਦਾ, ਕਿਉਂ ਕਿ ਜਦੋਂ ਤੁਸੀਂ ਪਿਆਰ ਨਾਲ ਇਹਨਾਂ ਯਤੀਮਾਂ ਨੂੰ ਸੀਨੇ ਨਾਲ ਲਗਾਓਗੇ, ਇਹਨਾਂ ਨਾਲ ਪਿਆਰ ਤੇ ਮੁਹੱਬਤ ਦੀ ਇੰਤਹਾ ਕਰੋਗੇ, ਮੇਰਾ ਇਮਾਨ ਹੈ ਤੁਸੀਂ ਇਹਨਾਂ ਨਾਲ ਪਿਆਰ ਕਰੋ, ਕਾਇਨਾਤ ਦਾ ਰੱਬ ਤੁਹਾਡੇ ਨਾਲ ਪਿਆਰ ਫਰਮਾਏਗਾ। ਤੇ ਪਤਾ ਦੇਣਾ ਜਿਨ੍ਹਾਂ ਦੇ ਸਿਰਾਂ ਤੋਂ ਸਾਏ ਉੱਠ ਜਾਂਦੇ ਨੇ ਉਹ ਦੁਨੀਆ ਦੇ ਅੰਦਰ ਬੇਆਸਰਾ ਤਸੱਵਰ ਕੀਤੇ ਜਾਂਦੇ ਨੇ, ਦੁਨੀਆ ਤੋਂ ਆਸਰੇ ਖਤਮ ਹੋ ਜਾਂਦੇ ਨੇ, ਤੇ ਕੋਈ ਸੀਨੇ ਲਾਉਣ ਵਾਲਾ, ਕੋਈ ਪਿਆਰ ਕਮਾਉਣ ਵਾਲਾ, ਕੋਈ ਮੁਹੱਬਤ ਕਰਨ ਵਾਲਾ ਨਹੀਂ। ਅੱਲਾ ਮੈਂ ਪਿਛਲੇ ਦਿਨੋਂ ਇੱਕ ਤਸਵੀਰ ਦੇਖੀ ਜਿਹਨੇ ਝੰਜੋੜ ਕੇ ਰੱਖ ਦਿੱਤਾ, ਕਲੇਜਾ ਫਾੜ ਦਿੱਤਾ। ਯਾਰੋ ਯਤੀਮਾਂ ਦੇ ਸੀਨਿਆਂ 'ਚ ਵੀ ਦਿਲ ਤੜਕਦੇ ਨੇ, ਉਹਨਾਂ ਦੇ ਸੀਨਿਆਂ 'ਚ ਵੀ ਆਖਰ ਦਿਲ ਤੜਕਦੇ ਨੇ। ਸਾਡੇ ਫੌਜੀ ਜਵਾਨ ਪਿਛਲੇ ਦਿਨੋਂ ਸ਼ਹੀਦ ਹੋ ਗਿਆ। ਅੱਲਾਹ ਮੇਰੀਆਂ ਮੁਲਕ ਦੀਆਂ ਸਰਹੱਦਾਂ ਦੇ ਜਿਹੜੇ ਪਹਿਰੇਦਾਰ ਨੇ ਅੱਲਾਹ ਕਦਮ ਕਦਮ 'ਤੇ ਉਹਨਾਂ ਦੀ ਹਿਫਾਜ਼ਤ ਫਰਮਾ। ਫੌਜੀ ਜਵਾਨ ਸ਼ਹੀਦ ਹੋਇਆ ਤੇ ਕੁਛ ਦਿਨਾਂ ਦੇ ਬਾਅਦ ਚਾਰ ਬੇਟੀਆਂ ਦਾ ਰਿਜ਼ਲਟ ਆਇਆ ਤੇ ਬੇਟੀਆਂ ਆਲਾ ਨੰਬਰ ਲੈ ਕੇ ਕਾਮਯਾਬੀਆਂ ਹਾਸਲ ਕੀਤੀਆਂ ਨੇ ਤੇ ਸਕੂਲੋਂ ਸ਼ੀਲਡਾਂ ਮਿਲੀਆਂ, ਇਨਾਮ ਮਿਲੇ ਤੇ ਇਨਾਮ ਲੈ ਕੇ ਸਿੱਧੀਆਂ ਬਾਪ ਦੀ ਕਬਰ ਤੇ ਚਲ।
ਜਾਂਦੀਆਂ ਜਾਂਦੀਆਂ ਸ਼ੀਲਡਾਂ ਲਈਆਂ ਤੇ ਬਾਪ ਦੀ ਕਬਰ ਤੇ ਜਾ ਕੇ ਖਲੋ ਜਾਂਦੀਆਂ ਨੇ, ਆਉਂਦੀਆਂ ਨੇ ਅੱਬੂ ਜੀ ਤੁਹਾਡੀਆਂ ਬੇਟੀਆਂ ਨੂੰ ਅੱਲਾ ਨੇ ਕਾਮਯਾਬ ਫਰਮਾ ਦਿੱਤਾ, ਅੱਬਾ ਜੀ ਬੱਚੇ ਕਾਮਯਾਬ ਹੋਣ ਤੇ ਮਾਪਿਆਂ ਨੂੰ ਖੁਸ਼ੀਆਂ ਹੁੰਦੀਆਂ ਨੇ, ਬੱਚੇ ਕਾਮਯਾਬ ਹੋਣ ਤੇ ਮਾਪਿਆਂ ਨੂੰ ਖੁਸ਼ੀਆਂ ਹੁੰਦੀਆਂ ਨੇ। ਅੱਬੂ ਜੀ ਅਸੀਂ ਕਿਨੂੰ ਜਾ ਕੇ ਸ਼ੀਲਾਂ ਵਿਖਾਵਾਂਗੀਆਂ, ਅਸੀਂ ਕਾਮਯਾਬ ਹੋ ਗਈਆਂ ਵਾ। ਯਤੀਮਾਂ ਉੱਤੇ ਗਮਾਂ ਦੇ ਪਹਾੜ ਟੁੱਟ ਜਾਂਦੇ ਨੇ, ਯਤੀਮਾਂ ਉੱਤੇ ਗਮਾਂ ਦੇ ਪਹਾੜ ਟੁੱਟ ਜਾਂਦੇ ਨੇ, ਮਾਪਿਆਂ ਬਗੈਰ ਯਾਰੋ ਦਿਸਦੀ ਉਜਾੜੇ, ਯਤੀਮਾਂ ਉੱਤੇ ਗਮਾਂ ਦਾ ਪਹਾੜ ਟੁੱਟ ਜਾਂਦਾ ਏ, ਮਾਪਿਆਂ ਬਾਜੋ ਗਮਾਂ ਦੇ ਪਹਾੜ ਟੁੱਟ ਜਾਂਦੇ ਨੇ। ਕਿਸਮਤਾਂ ਵਾਲੇ ਓ ਨਸੀਬਾਂ ਵਾਲੇ ਓ ਜਿਨ੍ਹਾਂ ਦੇ ਸਿਰ ਤੇ ਮਾਪਿਆਂ ਦੇ ਸਾਏ ਨੇ, ਦੁਆ ਕਰੋ ਅੱਲਾ ਇਹਨਾਂ ਨੂੰ ਸਲਾਮਤ ਰੱਖੇ। ਬਾਪ ਜ਼ਿੰਦਾ ਹੋਵੇ, ਬਾਪ ਜ਼ਿੰਦਾ ਹੋਵੇ ਫਿਕਰ, ਬਾਪ ਜ਼ਿੰਦਾ ਹੋਵੇ ਹੁੰਦੀ ਫਿਕਰ ਨਹੀਂ ਔਲਾਦ ਨੂੰ, ਬਾਪ ਜ਼ਿੰਦਾ ਹੋਵੇ ਫਿਕਰ ਹੁੰਦੀ ਨਹੀਂ ਔਲਾਦ ਨੂੰ, ਕਰੇ ਰਖਵਾਲੀ ਕੋਈ ਤੋੜੇ ਨਾ ਗੁਲਾਬ ਨੂੰ, ਇਹਨਾਂ ਬਾਗ ਦੇ ਬੂਟਿਆਂ ਨੂੰ ਕਦੀ ਨਾ ਸੁਕਾਵੀ ਰੱਬਾ, ਇਹਨਾਂ ਬਾਗ ਦੇ ਬੂਟਿਆਂ ਨੂੰ ਕਦੀ ਨਾ ਸੁਕਾਵੀ ਰੱਬਾ, ਬਾਪ ਦਾ ਵਿਛੋੜਾ ਤੂੰ ਕਿਸੇ ਨੂੰ ਨਾ ਪਾਵੀ ਰੱਬਾ। ਧੀਆਂ ਪੁੱਤ ਰੋਂਦੇ ਜਦੋਂ ਬਾਪ ਟੁਰ ਜਾਂਦਾ ਏ, ਧੀਆਂ ਪੁੱਤ ਰੋਂਦੇ ਜਦੋਂ ਬਾਪ ਟੁਰ ਜਾਂਦਾ ਏ, ਲੋਕੀ ਯਤੀਮ ਆਖਣ ਦਿਲ ਘਬਰਾਉਂਦਾ ਏ, ਤੇ ਹੌਸਲੇ ਯਤੀਮਾਂ ਤੂੰ ਹੌਸਲੇ ਯਤੀਮਾਂ ਦੇ ਤੂੰ ਆਪੇ ਹੀ ਵਧਾਵੀ ਰੱਬਾ, ਹੌਸਲੇ ਯਤੀਮਾਂ ਦੇ ਤੂੰ ਆਪੇ ਹੀ ਵਧਾਵੀ ਰੱਬਾ, ਬਾਪ ਦਾ ਵਿਛੋੜਾ ਤੂੰ ਕਿਸੇ ਨੂੰ ਨਾ ਪਾਵੀ ਰੱਬਾ, ਬੱਚੇ ਬਾਪ ਨਾਲ ਜਦੋਂ ਲਾਡ ਲੜਾਉਂਦੇ ਨੇ, ਬੱਚੇ ਬਾਪ ਨਾਲ ਜਦੋਂ ਲਾਡ ਲੜਾਉਂਦੇ ਨੇ, ਯਤੀਮ ਨਮਾਨੇ ਠੰਡੇ ਹੌਕੇ ਲੈ ਕੇ ਰੋਂਦੇ ਨੇ, ਇਹਨਾਂ ਹੰਝੂਆਂ ਨੂੰ ਸੋਹਣਿਆ ਆਪੇ ਹੀ ਸੁਕਾਵੀ ਰੱਬਾ, ਇਹਨਾਂ ਵਗਦੇ ਆ ਹੰਝੂਆਂ ਨੂੰ ਆਪੇ ਹੀ ਸੁਕਾਵੀ ਰੱਬਾ, ਬਾਪ ਦਾ ਵਿਛੋੜਾ ਤੂੰ ਕਿਸੇ ਨੂੰ ਨਾ ਪਾਵੀ ਰੱਬਾ, ਬਾਪ ਕਦਮ ਕਦਮ ਤੇ ਆਪਣੇ ਬੱਚਿਆਂ ਦਾ ਸਾਹਿਬਾਨ ਹੁੰਦਾ, ਆਪਣੇ ਬੱਚਿਆਂ ਦਾ ਆਸਰਾ ਹੁੰਦਾ, ਕੋਈ ਗਮ ਆਏ ਕੋਈ ਦੁੱਖ ਆਏ ਕੋਈ ਪਰੇਸ਼ਾਨੀ ਆਏ ਤੇ ਬਾਪ ਆਪਣੇ ਪੁੱਤਰ ਨੂੰ ਸੀਨੇ ਲਗਾ ਕੇ ਆਉਂਦਾ, ਯਾਰ ਕਿਉਂ ਹੌਸਲਾ ਥੋੜਾ ਕਰਨਾ, ਮੈਂ ਜੂ ਜਿਉਂਦਾ ਬੈਠਾ ਵਾ, ਤੁਹਾਡੇ ਦੁੱਖ ਮੈਂ ਆਪਣੀ ਚੋਲੀਆਂ ਚ ਪਾ ਲੈਣਾ ਵਾ, ਤੁਹਾਡੇ ਗਮ ਮੈਂ ਆਪਣੇ ਦਮਨ ਅੰਦਰ ਸਮੇਟ ਲੈਣਾ ਵਾ। ਮੇਰੇ ਭਾਈ ਮੇਰੇ ਬਰਾਦਰ ਇਹ ਪੁੱਛ ਨਾ ਉਹਨਾਂ ਕੋਲੋਂ ਕਿ ਜਿਨ੍ਹਾਂ ਤੋਂ
اللہ نے آسرے اٹھا لینے اے سائے اٹھا لینے تے سونے ہو پائی ٹر جائے پائی ہور بھی دنیا تے ہندے نے پین فوت ہو جائے ہور بھی پینا ہندیاں نے یار بیلی فوت ہو جان ہور بھی سجن ساتھی ہندے نے پر ماں تے باپ ایسی ٹھنڈی چھائے ایک واری سر تو لت جائے تے پھر زندگی پر دوبارہ میسر ہی نہیں ہوندی میرے بھائی میرے برادر پروانے او غور کرن والی گل کائنات دے امام علیہ الصلوۃ والسلام دی ذات گرامی میرے پاک نبی یتیماں نال خود محبت فرمان دے آپ یتیماں نال شفقت تے پیار فرمان دے اللہ اے پتہ نہ پتہ کہ جڑا اینا دکھاں چو گزریا ہووے تے میرے نبی نالوں ود کے کنو تجربہ ہوئے گا یتیمی دا میرے نبی نالوں ود کے کنو پتا ہوئے گا یتیم کنو آندے نے اے خوئی تے وجہ میرے پاک پیغمبر مسجد دے اندر تشریف فرمانے تے خبر آئی موتا دی جنگ چو خبر آئی ہے کہ اللہ دے پیارے نبی جی تو آڈے چچا زاد پائی نے حضرت جعفر رضی اللہ تعالی عنہ حضرت میدان جنگ دے اندر اللہ نے انہاں نوں شہادت دی موت نصیب فرما دیتی ہے ہن شہادت دا رتبہ بہت بڑا رتبہ ہے بہت اعلیٰ رتبہ ہے اللہ اللہ شہید دے گناہ جڑے نے زندگی دے او تے پھر سے آبادی جماعت سی عام شہید جڑا او دا مرتبہ اے وے کہ او دے جسم چو خون دا قطرہ زمین تے بعد وچ ڈگدا اللہ او دے سارے گناہاں تے معافی دے قلم پہلے ہی پھیر دیندے ہوتے پھر نبی دے صحابی بھی نے تے نبی دے غلام بھی نے اللہ اللہ پیارے پیغمبر علیہ السلام نو پتہ شہادت دا منصب نبی نے دے دسیا ایڈا اچھا تے ایڈا وڈا تے میرے پاک پیغمبر علیہ السلام نو پتا لگا حضرت جعفر رضی اللہ تعالی عنہ آپ شہادت پا گئے نے تے جگان دے پیر مسجد چو نکلے تے سیدھا حضرت جعفر دے کار چلے جاندے نے دروازہ کھٹ کھٹ آیا کار بھی تے اپنا کار سینا چاچے دے پتر دا کار ہے تے حضرت بی بی اسماء بنت عمیر رضی اللہ تعالی عنہا انہاں نے پتہ لگا محبوب دروازے تے تشریف لے آئے نے اسماء نے جلدی نال جا کے دروازہ کھولیا تے حضور علیہ السلام نو بٹھایا اسماء کی کرنی ہے پئی پر جائی بھی سی نا اسماء کی کرنی ہے پئی حضور بچیاں دے کھان پین دا کوئی انتظام کر رہی ہے تے آپ فرما دے نے اسماء ذرا بچیاں نو بلا کے تے مینو ملا اسماء ذرا بچے بلا کے تے مینوں ملوا دے اسماء خوشی خوشی بچیاں نوں لے آندا ہے اللہ دے پاک نبی دی خدمت دے اندر پیش کیتا ہے تے اج نبی دے انداز ہی بدلے بدلے نے اج نبی دے انداز ہی مختلف نے پیارے پیغمبر اینا بچیاں نوں اپنے قریب کیتا ہے نالے چوم دینے پہ بوسے دینے پہ تے نال سر تے پیار دا ہاتھ رکھ کے تے نبی دیاں اکھاں چو آنسو ہی برسی جا رہنے آپ دیاں اکھاں چو آنسو برس رہنے آپ بی بی اسماء نے ویکھیا حیران جیاں ہو جاندیاں نے آقا خیریت یہ نا نالے بوسے دئی جاندے ہو نالے حضور روئی جاندے ہو تے آپ فرمان دے نے اسماء پتہ ہی نا آج میرے جعفر دے بچے بھی یتیم ہو گئے آج میرے جعفر دے بچے بھی یتیم ہو گئے جیڑا اینا دکھاں جو گزرے ہے پتا تے اونوں لگ دے نا چوٹ جتھے لگی ہوئے درد اوتھے محسوس ہوندا ہے تو جے کسے نوں کسے دا درد کی محسوس ہونا ہے
ਜਿੱਥੇ ਚੋਟ ਲੱਗੀ ਹੋਏ। ਤੁਸੀਂ ਵੇਖੋ ਨਾ ਮੇਰੇ ਇਸ ਮਜਮੇ ਦੇ ਅੰਦਰ ਕਿੰਨੇ ਹੀ ਐਸੇ ਜਵਾਨ ਨੇ, ਕਿੰਨੇ ਹੀ ਐਸੇ ਬਜ਼ੁਰਗ ਬੂੜੇ ਨੇ, ਕਿੰਨੀਆਂ ਹੀ ਮੇਰੀਆਂ ਐਸੀਆਂ ਮਾਵਾਂ ਭੈਣਾਂ ਮੌਜੂਦ ਨੇ, ਹਜ਼ਾਰਾਂ ਦੀ ਤਾਦਾਦ ਦੇ ਅੰਦਰ ਆਏ ਨੇ। ਤੇ ਯਾਰ ਚੋਟ ਲੱਗਣ ਦੀ ਗੱਲ ਹੈ ਨਾ, ਚੋਟ ਲੱਗਦੀ ਹੈ। ਪਿਛਲੇ ਸਾਲ ਇਫਤਾਰੀ ਦਾ ਵੇਲਾ ਹੁੰਦਾ ਸੀ, ਸੈਰੀ ਦਾ ਵੇਲਾ ਹੁੰਦਾ ਸੀ, ਇੱਧਰ ਮਾਂ ਬੈਠੀ ਏ, ਇੱਧਰ ਬਾਪ ਬੈਠਾ, ਦਰਮਿਆਨ ਚ ਬੱਚੇ ਬੈਠੇ ਨੇ, ਦਸਤਰਖਾਨ ਸਜਿਆ। ਅੱਜ ਰਮਜ਼ਾਨ ਆਇਆ, ਦਸਤਰਖਾਨ ਤੇ ਹੈ ਵੇ, ਪਰ ਉੱਤੇ ਬਹਿਣ ਵਾਲੀ ਮਾਂ ਨਜ਼ਰ ਨਹੀਂ ਆ ਰਹੀ। ਦਸਤਰਖਾਨ ਤੇ ਸਜਿਆ, ਇਹਦੇ ਤੇ ਖਾਣ ਪੀਣ ਦੀਆਂ ਚੀਜ਼ਾਂ ਤੇ ਅੱਗੇ ਤੋਂ ਵੀ ਜ਼ਿਆਦਾ ਨੇ। ਅੱਜ ਬਾਪ ਨਜ਼ਰ ਨਹੀਂ ਆ ਰਿਹਾ, ਪਰ ਆ ਨਜ਼ਰ ਨਹੀਂ ਆ ਰਿਹਾ। ਅੱਜ ਦਸਤਰਖਾਨ ਤੇ ਸਜਿਆ, ਮਾਂ ਵੀ ਬੈਠੀ ਏ, ਬਾਪ ਵੀ ਬੈਠਾ, ਭਾਈ ਵੀ ਬੈਠੇ ਨੇ, ਬੱਚੇ ਵੀ ਬੈਠੇ ਨੇ, ਤੇ ਇਹ ਬੂਢੇ ਬਜ਼ੁਰਗ ਕੰਬਦਿਆਂ ਹੱਥਾਂ ਨਾਲ ਨਾਲੇ ਖਾਣਾ ਪਾ ਰਹੇ ਨੇ ਤੇ ਨਾਲੇ ਆਉਂਦੇ ਨੇ। ਬੱਚੇ ਤੇ ਬਾਕੀ ਵੀ ਆਪਣੇ ਹੀ ਨੇ, ਪਰ ਅੱਜ ਸਾਨੂੰ ਆਪਣਾ ਜਵਾਨ ਬੇਟਾ ਨਜ਼ਰ ਨਹੀਂ ਆ ਰਿਹਾ। ਅੱਜ ਉਹਦੀ ਕੁਰਸੀ ਖਾਲੀ ਏ, ਅੱਜ ਉਸ ਬੱਚੇ ਦੀ ਜਗ੍ਹਾ ਖਾਲੀ ਏ। ਕਾਮੋ ਕੀ ਵਾਲਿਓ, ਔਲਾਦ ਤੇ ਭਾਵੇਂ ਜਿੰਨੀ ਵੀ ਹੋਏ, ਪੰਜ ਸੱਤ ਦਸ ਬੇਟੇ ਵੀ ਹੋਣ, ਉਹਨਾਂ ਦਾ ਪਿਆਰ ਵੱਖਰਾ ਵੱਖਰਾ ਹੁੰਦਾ। ਬੇਟਿਆਂ ਦੀ ਬੇਟੀਆਂ ਦੀਆਂ ਮੁਹੱਬਤਾਂ ਜੁਦਾ ਜੁਦਾ ਹੁੰਦੀਆਂ ਨੇ। ਬਾਪੇ ਆਉਂਦੇ ਨੇ, ਸਾਰੇ ਹੀ ਹੈ ਨੇ, ਅੱਜ ਮੇਰਾ ਜਵਾਨ ਲਖਤੇ ਜਿਗਰ ਨਜ਼ਰ ਨਹੀਂ ਆ ਰਿਹਾ, ਅੱਜ ਮੇਰਾ ਜਵਾਨ ਬੇਟਾ ਮੈਨੂੰ ਨਜ਼ਰ ਨਹੀਂ ਪੈ ਰਿਹਾ। ਮੇਰੇ ਭਾਈ ਮੇਰੇ ਬਰਾਦਰ, ਗੱਲ ਇਹ ਵੇ, ਦਿਲ ਨੂੰ ਚੋਟ ਲੱਗੀ ਹੋਏ ਤੇ ਮੇਰੇ ਪੈਗੰਬਰ ਅਲੈਹਿ ਸਲਾਮ ਤੇ ਇਹ ਚੋਟਾਂ ਸਹਿੰਦੇ ਆਏ ਨੇ। ਆਪ ਅਜੇ ਦੁਨੀਆਂ ਤੇ ਆਏ ਨਹੀਂ ਤੇ ਅੱਲਾ ਨੇ ਬਾਪ ਦਾ ਸਾਇਆ ਉਠਾ ਲਿਆ। ਨਬੀ ਅਜੇ 5-6 ਸਾਲ ਦੀ ਉਮਰ ਨੂੰ ਹੀ ਪਹੁੰਚੇ ਨੇ, ਅੱਲਾ ਨੇ ਮਾਂ ਦਾ ਸਾਇਆ ਵੀ ਸਰ ਤੋਂ ਉਠਾ ਲਿਆ। ਨਬੀ ਨਾਲੋਂ ਵੱਧ ਕੇ ਯਤੀਮਾਂ ਨੂੰ ਕੌਣ ਜ਼ਿਆਦਾ ਸਮਝਣ ਵਾਲਾ। ਤਾਂ ਹੀ ਤੇ ਮੇਰੇ ਆਕਾ ਆਪ ਯਤੀਮਾਂ ਨਾਲ ਮੁਹੱਬਤ ਫਰਮਾਉਂਦੇ ਨੇ। ਈਦ ਦਾ ਦਿਨ ਤੇ ਕਾਇਨਾਤ ਦੇ ਇਮਾਮ ਅਲੈਹਿ ਸਲਾਮ ਤਸ਼ਰੀਫ ਲੈ ਜਾ ਰਹੇ ਨੇ। ਕਾਮੋ ਕੀ ਵਾਲਿਓ, ਈਦ ਦਾ ਦਿਨ ਆ ਰਿਹਾ, ਕਰੀਬ ਕਰੀਬ ਆ ਰਿਹਾ। ਤੇ ਯਾਦ ਰੱਖਿਆ ਦੇ, ਆਪਣੇ ਬੱਚਿਆਂ ਨਾਲ ਪਿਆਰ ਜ਼ਰੂਰ ਕਰੋ, ਜ਼ਰੂਰ ਕਰਨਾ ਚਾਹੀਦਾ, ਪਰ ਥੋੜਾ ਜਿਹਾ ਧਿਆਨ ਰੱਖੀ। ਆਪਣੇ ਪੁੱਤਰਾਂ ਨਾਲ ਕਿਸੇ ਯਤੀਮ ਦੇ ਸਾਹਮਣੇ ਬਹੁਤਾ ਪਿਆਰ ਨਾ ਕਰੀ, ਕਿਸੇ ਯਤੀਮ ਦੇ ਸਾਹਮਣੇ ਇਹਨੂੰ ਬਹੁਤੇ ਬੋਸੇ ਨਾ ਦੇਈ, ਕਿਸੇ ਯਤੀਮ ਦੇ ਸਾਹਮਣੇ ਇਹਨੂੰ ਬਹੁਤਾ ਪਿਆਰ ਨਾ ਦੇਵੀ, ਕਿਤੇ ਕਿਸੇ ਯਤੀਮ ਦਾ ਦਿਲ ਨਾ ਟੁੱਟ ਜਾਏ। ਮੇਰੇ ਆਕਾ ਈਦ ਵਾਲੇ ਦਿਨ ਗੁਜ਼ਰਦੇ ਨੇ ਪੈ, ਤੇ ਹਜ਼ੂਰ ਅਲੈਹਿ ਸਲਾਮ ਨੇ ਵੇਖਿਆ, ਨਿੱਕੇ ਨਿੱਕੇ ਬੱਚੇ ਖੇਡਦੇ ਨੇ ਪੈ, ਨਿੱਕੇ ਨਿੱਕੇ ਬੱਚੇ ਆਪਣੇ ਹਮਜੋਲੀਆਂ ਨਾਲ ਖੇਡਦੇ ਨੇ ਪੈ। ਤੇ ਕਾਇਨਾਤ ਦੇ ਇਮਾਮ ਅਲੈਹਿ ਸਲਾਤੋ ਵਸਲਾਮ ਆਪ ਦੀਆਂ ਨਜ਼ਰਾਂ ਪਈਆਂ, ਇੱਧਰ ਇੱਕ ਮਾਸੂਮ ਜਿਹਾ ਬੱਚਾ ਤੇ ਕੱਪੜੇ ਪੁਰਾਣੇ ਨੇ, ਫਟੇ ਨੇ, ਅਲੱਗ ਥਲੱਗ ਪਰੇਸ਼ਾਨ ਖੜਾ। ਮੇਰੇ ਆਕਾ ਆਪਣੇ ਇਸ ਮਾਸੂਮ ਬੱਚੇ ਦੇ ਕਰੀਬ ਪਹੁੰਚੇ, ਆਪ ਫਰਮਾਉਂਦੇ ਨੇ, ਬੇਟਾ ਖਰੀਅਤ ਹੈ ਵੇ, ਲੋਕ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ, ਬੱਚੇ ਖੇਡਦੇ ਨੇ, ਮੁਸਰਤਾਂ ਤੇ ਸ਼ਾਦਮਾਨੀਆਂ ਨੇ। ਬੇਟਾ ਤੂੰ ਪਰੇਸ਼ਾਨ ਹੈ, ਈਦ ਵਾਲੇ ਦਿਨ ਵੀ ਪਰੇਸ਼ਾਨ ਹੈ, ਗੱਲ ਕੀ ਹੈ? ਤੇ ਬੜੀ ਪਿਆਰੀ ਮੌਲਨਾ ਤਰਜਮਾਨੀ ਕੀਤੀ ਹੈ, ਫਰਮਾਉਂਦੇ ਨੇ, ਵੇਖਿਆ ਇੱਕ ਯਤੀਮ ਨਮਾਨਾ, ਵੇਖਿਆ ਇੱਕ ਯਤੀਮ ਨਮਾਨਾ, ਤੇ ਕੱਪੜੇ ਪਾਏ ਲੀਰਾ, ਪੈਰੋਂ ਨੰਗਾ ਤੇ ਮੂੰਹ
ان توتا پیروں ننگا تے منہ ان توتا خستہ حال فقیراں لوگو عید دن آ رہا ہے اپنے سجے کھبے یتیما مسکینا تے بھی نظر رکھے آجے جتے اپنے بچیاں نا اینا پیار کر دیو اوتھے نا یتیما دی بھی محبت اپنے دل چ رکھیا کرو ویکھیا ایک یتیم نمانا تے کپڑے پائے لیرا پیروں ننگا تے منہ ان توتا خستہ حال فقیراں حضرت اس نو نال محبت اپنے کول بلایا اے بیٹے آج عید دہاڑے اے تو کی حال بنایا تے کہن لگا میں کی دکھ پھولاں کہن لگا میں کی دکھ پھولاں مر گیا ماں پیو میرا تے کار ساڈے وچ پیاں اجاڑا تے خالی ہو گیا ویڑا میرے بھائی میرے برادر یتیم ایسے کہ باپ دا سایہ اٹھ گیا ماں فوت ہو گئی ہے میرے رحمان نے انہاں نال محبت فرمائی ہے کائنات دے امام نے انہاں نال شفقت محبت فرمائی ہے تے سختی کرن والیاں نوں اللہ نے پسند نہیں کیتا تے پیار کرن والیاں دا تذکرہ فرمایا وایوت امونت مسکینن و یتیمن و اسیرن انما نطعمکم لوجہ اللہ لا نرید منکم جزاء ولا شکورا یتیماں نا محبت تے شفقت تے پیار تاں کردے نے کھانا تاں کھلاندے نے کہ کائنات دا رب انہاں تے راضی ہو جائے اللہ منو تے توانو کتاب و سنت دا پیار نصیب فرما کے ان آیات ان احادیث نو سامنے رکھ کے اپنی زندگی بسر کرن دی توفیق عطا فرمائے اور اللہ اپنے فضل و رحمت دینا یتیماں نا شفقت تے محبت دی اور زیادہ توفیق عطا فرمائے صدق اللہ العلی العظیم.